ਕੁਐਸਚਨ ਤਾਂ ਕਿਹਾ ਨਾ ਫਿਰ ਅਲੱਗ ਐਂਗਲ ਹੈ ਜੇ ਪਲੱਸ 2 ਦੇ ਮਾਰਕਸ ਵਧੀਆ ਲੈਣੇ ਫਿਰ ਅਲੱਗ ਸੋਚਣਾ ਵਾ ਉੱਥੇ ਤੱਕ ਹੀ ਰਹਿਣਾ ਪੈਣਾ ਹੁਣ ਦੇਖੋ ਪਹਿਲਾ ਕੁਐਸਚਨ ਹੈ ਜਿਹੜਾ ਆਪਾਂ ਇਲੈਕਟ੍ਰੋਸਟੈਟਿਕਸ ਤੇ ਇਫ ਐਨ ਡ੍ਰੌਪਸ ਈਚ ਆਫ ਕਪੈਸਿਟੈਂਸ ਸੀ ਇਹ ਸੁਣ ਲਓ ਬਸ ਇਹ ਮੈਂ ਤੁਹਾਨੂੰ ਗਰੁੱਪ 'ਚ ਪਾ ਦਾਂਗਾ ਉਹ 'ਚੋਂ ਨੰਬਰ ਨੋਟ ਕਰ ਲਈਓ ਕੁਐਸਚਨ ਨੰਬਰ ਅਸਾਈਨਮੈਂਟ ਜਿਹੜੀ ਹੈ ਅੱਜ ਦੀ ਹੈ 17 9 ਦੀ ਤਾਂ ਪਹਿਲਾ ਕੁਐਸਚਨ ਹੈ ਕਿ ਇਫ ਐਨ ਡ੍ਰੌਪਸ ਈਚ ਆਫ ਕਪੈਸਿਟੈਂਸ ਸੀ ਕੋਲੈਸ ਟੂ ਫੋਰਮ ਏ ਸਿੰਗਲ ਬਿਗ ਡ੍ਰੌਪ ਦੈਨ ਦਾ ਰੇਸ਼ੋ ਆਫ ਐਨਰਜੀ ਸਟੋਰਡ ਇਨ ਦਾ ਬਿਗ ਡ੍ਰੌਪ ਟੂ ਦੈਟ ਇਨ ਈਚ ਸਮਾਲ ਡ੍ਰੌਪ ਵਿਲ ਬੀ ਕਹਿਣ ਦਾ ਮਤਲਬ ਕੀ ਬੇਟਾ ਇੱਕੋ ਕੁਐਸਚਨ 'ਚ ਬਹੁਤ ਸਾਰੇ ਕਨਸੈਪਟਸ ਹੈ ਕਿ ਸਾਨੂੰ ਨਾ ਐਨ ਨੰਬਰ ਆਫ ਸਮਾਲ ਡ੍ਰੌਪਸ ਦਿੱਤੀਆਂ ਹੋਈਆਂ ਹਰ ਇੱਕ ਦੀ ਕਪੈਸਿਟੈਂਸ ਸੀ ਹੈ ਜਦੋਂ ਆਪਾਂ ਇਹਨਾਂ ਨੂੰ ਕੋਲੈਸ ਕੀਤਾ ਮਿਲਾ ਲਿਆ ਤਾਂ ਸਿੰਗਲ ਡ੍ਰੌਪ ਬਣ ਗਈ ਤਾਂ ਸਿੰਗਲ ਡ੍ਰੌਪ ਦੀ ਕਪੈਸਿਟੈਂਸ ਬਦਲ ਗਈ ਉਹ ਕਿੱਦਾਂ ਪਤਾ ਲੱਗਾ ਜਦੋਂ ਮੈਨੂੰ ਇਹ ਸਮਝ ਆਇਆ ਕਿ ਕਿਸੇ ਵੀ ਸਫੈਰੀਕਲ ਕੰਡਕਟਰ ਦੀ ਕਪੈਸਿਟੈਂਸ 4 pi ਐਪਸਾਈਲਨ ਨੋਟ ਆਰ ਹੈ ਆਪਾਂ ਛੋਟੀ ਡ੍ਰੌਪ ਦਾ ਰੇਡੀਅਸ ਤੇ ਵੱਡੀ ਦਾ ਰੇਡੀਅਸ ਇਹਦਾ ਮਤਲਬ ਇਹਦੀ ਕਪੈਸਿਟੈਂਸ ਹਾਂ ਨਾ ਰੇਡੀਅਸ ਬਦਲ ਗਿਆ ਕਪੈਸਿਟੈਂਸ ਹੁਣ ਜੇ ਆਪਾਂ ਇਹਨਾਂ ਦੀ ਕਪੈਸਿਟੈਂਸ ਦੀ ਰੇਸ਼ੋ ਲੈਣੀ ਹੋਏ ਤਾਂ ਸੀ ਡੈਸ਼ ਬਾਏ ਸੀ ਪਰ ਕਿਆ ਤੁਹਾਨੂੰ ਕੈਪੀਟਲ ਆਰ ਤੇ ਸਮਾਲ ਆਰ ਦਾ ਰਿਲੇਸ਼ਨ ਪਤਾ ਕਰ ਸਕਦੇ ਪਤਾ ਲਾਅ ਆਫ ਕੰਜ਼ਰਵੇਸ਼ਨ ਆਫ ਮੈਟਰ ਤੋਂ ਕਿ ਵੱਡੀ ਡ੍ਰੌਪ ਦਾ ਵੋਲਿਊਮ ਕਿੱਥੋਂ ਆਇਆ ਛੋਟੀਆਂ ਦੇ ਵੋਲਿਊਮ ਨੂੰ ਮਿਲਾ ਹੈ ਨਾ ਤੋ ਮੈਂ ਜਾਈਏ ਗੱਲ ਤੋ ਆ ਬਣ ਗਿਆ ਤੂੰ ਹੁਣ ਜੇ ਮੈਂ ਆਹ ਵੈਲਿਊ ਉੱਤੇ ਪੁੱਟ ਕਰਦਾ ਹਾਂ ਤਾਂ ਸੀ ਡੈਸ਼ ਬਾਏ ਸੀ ਕੀ ਆ ਗਿਆ ਆਰ ਨਾਲ ਆਰ ਕੱਟਿਆ ਗਿਆ ਠੀਕ ਹੈ ਹੁਣ ਦੇਖੋ ਹੁਣ ਅਗਰ ਉਹ ਮੈਨੂੰ ਕਹਿੰਦਾ ਸੁਣੋ ਕੁਐਸਚਨ ਚ ਪੁੱਛਿਆ ਕੁਛ ਹੋਰ ਸੀਗਾ ਬਟ ਜੇ ਉਹ ਮੈਨੂੰ ਕਹਿੰਦਾ ਕਿ ਐਨ ਸਮਾਲ ਡ੍ਰੌਪਸ ਜਿਹੜੀਆਂ ਵਾ ਆਈਡੈਂਟੀਕਲ ਹਰ ਇੱਕ ਦੀ ਕਪੈਸਿਟੈਂਸ ਸੀ ਹੈ ਜੇ ਉਹਨਾਂ ਨੂੰ ਮਿਲਾ ਲਿਆ ਜਾਏ ਤਾਂ ਵੱਡੀ ਡ੍ਰੌਪ ਦੀ ਕਪੈਸਿਟੈਂਸ ਦੱਸੋ ਆਨਸਰ ਆ ਗਿਆ ਪੁੱਛਿਆ ਨਹੀਂ ਇੱਥੇ ਬਟ ਪੁੱਛ ਸਕਦਾ ਵਾ ਉਹ ਵੀ ਆਨਸਰ ਆ ਗਿਆ ਦੂਜੀ ਗੱਲ ਉਹਨੇ ਪੁੱਛਿਆ ਕੀ ਹੈ ਐਨਰਜੀ ਦਾ ਹੁਣ ਐਨਰਜੀ ਤਾਂ ਹੋਏਗੀ ਜੇ ਚਾਰਜ ਹੋਣਗੀਆਂ ਹੈ ਨਾ ਚਾਰਜ ਹੋਣਗੀਆਂ ਹੁਣ ਇਹ ਸਾਰੀਆਂ ਨੇ ਮਿਲ ਕੇ ਕਿੰਨਾ ਚਾਰਜ ਪੈਦਾ ਕਰਨਾ ਐਨਕਿਊ ਠੀਕ ਹੈ ਹੁਣ ਇਹਦੀ ਛੋਟੀ ਵਾਲੀ ਦੀ ਐਨਰਜੀ ਹਾਫ ਕਿਊ ਸਕੁਅਰ ਬਾਏ ਸੀ ਹੈ ਤੇ ਵੱਡੇ ਵਾਲੇ ਦੀ ਐਨਰਜੀ ਹਾਫ ਹੈ ਨਾ ਕਿਊ ਸਕੁਅਰ ਇਹਦਾ ਚਾਰਜ ਇਹਦੀ ਕਪੈਸਿਟੀ ਤੇ ਆਪਾਂ ਰੇਸ਼ੋ ਲੈਣੀ ਹੈ ਰੇਸ਼ੋ ਲੈ ਲਓ ਹੁਣ ਜਦੋਂ ਰੇਸ਼ੋ ਲਵਾਂਗੇ ਬੇਟਾ ਤਾਂ ਕੀ ਬਣੇਗਾ ਐਨ ਸਕੁਅਰ ਆ ਸੀ ਡੈਸ਼ ਹੈ ਔਰ ਸੀ ਉੱਪਰ ਆ ਜਾਏਗਾ ਔਰ ਸੀ ਡੈਸ਼ ਤਾਂ ਕਿੰਨਾ ਆ ਗਿਆ ਟੂ ਮਾਈਨਸ 1/3 5/3 ਇਹਦਾ ਮਤਲਬ ਵੱਡੇ ਦੀ ਐਨਰਜੀ ਛੋਟੇ ਨਾਲੋਂ ਇੰਨੀ ਹੈ ਇਹ ਰਿਲੇਸ਼ਨ ਆ ਗਿਆ ਆ ਕਪੈਸਿਟੈਂਸ ਆ ਗਿਆ ਹੁਣ ਇਹ ਨੂਮੈਰੀਕਲ
कि जो स्फेरिकल कैपेसिटर है कंडक्टर है उसी कैपेसिटेंस का फार्मूला है ना, वॉल्यूम्स को कितना जोड़ना रिलेट करना वो वाला कांसेप्ट, ये कुछ ही सारा कुछ इन्वॉल्व, तो ये समझ होनी चाहिए। चिराग yes, समझ आई है पुत्र yes, ठीक है। सेकेंड क्वेश्चन देखो, जो सेकेंड क्वेश्चन है असाइनमेंट का, टू स्फेरिकल कंडक्टर्स ए एंड बी ऑफ रेडियाई 1 मिलीमीटर एंड 2 मिलीमीटर रेस्पेक्टिवली आर सेपरेटेड बाई डिस्टेंस ऑफ 5 सेंटीमीटर। तो आ ए है 1 मिलीमीटर रेडियस, बी है 2 मिलीमीटर रेडियस, ये दो कंडक्टर। हूँ गल इतने समझ नहीं की है, दोनों कनेक्टिंग वायर के नाल मैटेलिक वायर नाल जोड़ देता, उसका मीनिंग पता की है, जदों भी दो कंडक्टर्स नूं आपस जोड़ते हैं ना दोनों का पोटेंशियल सेम हो गया, कॉमन पोटेंशियल, ठीक। तो हुण इन्हां दे सरफेस ते जिहड़ा इलैक्ट्रिक फील्ड है उहदी रेशो कढ़नी। हुण उहदे लई पहलां तां इह सोचो वी जिहड़ा स्फेरिकल कंडक्टर हुंदा उहदे सरफेस ते इलैक्ट्रिक फील्ड हुंदा क्यू ओवर 4πε0 आर स्क्वायर, आर रेडियस है, सरफेस का पोटेंशियल होता q ओवर 4πε0 r। ES के BS की रेशो 1/r होगी, मतलब ES आया। हुण नाल ही देखने में बड़ी वड्डी स्टेटमेंट है, पर जो दोनों आपस च कनेक्टेड है मेटल वायर नाल तो दोनों का पोटेंशियल सेम है, इसका मतलब इलेक्ट्रिक फील्ड दोनों का इनवर्सली प्रोपोर्शनल टू रेडियस है, रेडियस दिते हुए है, इसका मतलब ईए ते ईबी आर टू ते इनवर्सली है ना, तो रेशियो 2 आ गई है ना, समझ आई।
potential at point x due to some charges situated on the x axis is given by, तो सानू potential दिता हुआ बेटा तो कहना find the electric field both magnitude and direction at x, x given है 4 micrometer उसमें यह potential दिता हुए और एक गल समझो क्योंकि potential in terms of x दिता ना इन्हों आपा कितना बोल दिया कि potential is a function of x जेते y हुंदा ता function of y z हुंदा ता function of z r हुंदा ता function of r तो फिर इलेक्ट्रिक फील्ड कितना ना हुआ माइनस डी बाय डीएक्स ये वाई का फंक्शन होता था जेड का होता था आर का होता था और ए इलेक्ट्रिक फील्ड अलोंग एक्स एक्सिस मतलब इन्हें अपन की करना पड़ना है डिफरेंशिएट करना पड़ना है ना विद रिस्पेक्ट टू एक्स तो डीवी बाय डीएक्स कितना आ गया कुछ डिफरेंशिएशन आनी चाहिए तो माइनस 20 इनटू 2 40 एक्स डिवाइडेड बाय ए डीवी बाय डीएक्स है ना तो फिर डीएक्स दिया जाना और एक्स कितना देता 4 माइक्रोमीटर मतलब 4 इनटू 10 रेस पर माइनस 6 मीटर वो पुट करके सॉल्व कर सकते हैं और एक्चुअली देखो इधर उधर ये ना एक्स स्क्वायर है ना 4 के मुकाबले नेग्लिजिबल भी आ 16 इनटू 10 रेस पर माइनस 12 है ना तो आ निगलेक्ट हो जाना तो थले भी आए ना 16 ऊपर है 40x फिर ऊपर वाला x नहीं चेक ना अब अगर निगलेक्ट करके सॉल्व स्विच है ना वो इनिशियली टर्मिनल 1 ਦੇ ਨਾਲ ਕਨੈਕਟਡ ਹੈ ਮਤਲਬ ਜਿਹੜਾ ਕੈਪੈਸਿਟਰ 2 ਮਾਈਕਰੋ ਫੈਰਡ ਹੈ ਉਹਦੇ ਅਕ੍ਰੋਸ ਬੈਟਰੀ ਕਨੈਕਟਡ ਹੈ ਉਹ ਪਤਾ ਕੀ ਕਹਿ ਰਿਹਾ ਉਹ ਕਹਿੰਦਾ ਕਿ ਇਸ ਸਵਿਚ ਕਰਕੇ ਪਤਾ ਕੀ ਹੋਇਆ ਇਧਰ ਦੇਖੋ ਇਹ ਚਾਰਜ ਹੋ ਗਿਆ ਠੀਕ ਹੈ ਔਰ ਜਿਸ ਵਕਤ ਇਹਦੇ ਅਕ੍ਰੋਸ ਬੈਟਰੀ ਲੱਗੀ ਹੈ ਤਾਂ ਇਹਦਾ ਪੋਟੈਂਸ਼ੀਅਲ ਡਿਫਰੈਂਸ V ਹੈ ਇਹਦਾ ਪੋਟੈਂਸ਼ੀਅਲ ਡਿਫਰੈਂਸ V ਹੈ ਔਰ ਇਹਦੀ ਕੈਪੈਸਿਟੈਂਸ ਜਿਹਨੂੰ ਆਪਾਂ ਪੋਟੈਂਸ਼ੀਅਲ ਡਿਫਰੈਂਸ V1 ਕਰ ਦਿੰਦੇ ਆ ਇਹਦੀ ਕੈਪੈਸਿਟੈਂਸ ਨੂੰ C1 ਕਰ ਦਿੰਦੇ ਆ ਇਹਨੂੰ C2 ਕਰ ਦਿੰਦੇ ਆ ਲਿਖਣ ਲਈ ਸੌਖਾ ਨੂੰ ਸਾਨੂੰ ਬਾਅਦ ਚ ਵੈਲਿਊਸ ਪੁੱਟ ਕਰ ਦਾਂਗੇ ਤੋ
IB's initial ਉਹਨੂੰ ਪਤਾ ਕੀ ਕਹਿ ਰਿਹਾ ਸਟੇਟਮੈਂਟ ਚ ਕਹਿੰਦਾ ਕਿ ਹੁਣ ਆਪਾਂ ਇਹ ਜਿਹੜਾ ਸਵਿਚ ਹੈ ਨਾ ਇਹਨੂੰ 2 ਤੇ ਜੋੜਤਾ ਮਤਲਬ ਆ ਬੈਟਰੀ ਸਰਕਟ ਚੋਂ ਬਾਹਰ ਹੋ ਗਈ ਤਾਂ ਹੁਣ ਆ ਜਿਹੜਾ ਤੁਹਾਡਾ ਕੈਪੈਸਿਟਰ ਹੈ C1 ਇਹ C2 ਨਾਲ ਜੁੜ ਗਿਆ ਠੀਕ ਹੈ ਹੁਣ ਹੋਇਆ ਕੀ ਹੈ ਜਦੋਂ ਦੋ ਕੈਪੈਸਿਟਰ ਨੂੰ ਆਪਸ ਚ ਜੋੜਦੇ ਆ ਨਾ ਤੋ ਜੋੜਨ ਤੋਂ ਪਹਿਲਾਂ ਇਹ ਅਨਚਾਰਜਡ ਸੀ ਅਨਚਾਰਜਡ ਦਾ ਮਤਲਬ ਇਹਦਾ ਪੋਟੈਂਸ਼ੀਅਲ ਜ਼ੀਰੋ ਸੀ ਅਨਚਾਰਜਡ ਹੈ ਨਾ ਪਰ ਜਦੋਂ ਆਪਾਂ ਦੋ ਕੈਪੈਸਿਟਰ ਨੂੰ ਜੋੜਤਾ ਤਾਂ ਦੋਨਾਂ ਦਾ ਪੋਟੈਂਸ਼ੀਅਲ ਕਾਮਨ ਪੋਟੈਂਸ਼ੀਅਲ ਹੋ ਜਾਣਾ ਵੀ ਸੀ ਕਿਹਦੇ ਬਰਾਬਰ C1 V1 + C2 V2 ਓਵਰ ਹੁਣ VC ਦੀ ਵੈਲਿਊ C1 2 ਹੈ V1 V ਹੈ C2 8 ਹੈ ਬਟ V2 0 ਹੈ ਤੋ C1 2 + 8 ਹੈ ਨਾ 0.2 ਵੋਲਟ VC ਆ ਗਿਆ ਨਾ ਹੁਣ ਇਹਦੇ ਅਕ੍ਰੋਸ ਵੋਲਟੇਜ ਕਿਉਂਕਿ ਇਹ ਦੋਨੋਂ ਪੈਰਲਲ ਚ ਹੈ ਤੋ ਆਹ ਵਾਲੀ ਵੋਲਟੇਜ VC ਹੈ ਇਹਦੇ ਅੰਦਰ ਹੁਣ ਐਨਰਜੀ ਸਟੋਰਡ ਕਿੰਨੀ ਹੋ ਗਈ ਫਾਈਨਲ ਹਾਫ C1 VC ਹੁਣ ਕੱਢਣ ਨੂੰ ਕੀ ਕਿਹਾ ਗਿਆ ਉਹ ਕਹਿੰਦਾ ਕਿ ਜਦੋਂ ਸਵਿਚ ਨੂੰ 1 ਤੋਂ 2 ਸ਼ਿਫਟ ਕੀਤਾ ਤਾਂ ਦੱਸੋ ਕੈਪੈਸਿਟਰ 1 ਦੇ ਅੰਦਰ ਕਿੰਨਾ ਪਰਸੈਂਟੇਜ ਐਨਰਜੀ ਲਾਸ ਹੋਇਆ ਤੋ ਉਹ ਕਿੰਨਾ ਕੱਢਾਂਗੇ ਲਾਸ ਫਾਈਨਲ minus initial over initial into 100% ਇਹ ਬਣ ਜਾਣਾ final over initial minus 1 into 100 ਹੁਣ ਆ ਰੇਸ਼ੋ ਲਓ VC over D ਕੀ ਆ ਗਿਆ 0.2 VC over V 0.2 0.2 ਦਾ ਸਕੁਅਰ 0.04 ਹੈ ਨਾ ਤੋ ਆਨਸਰ ਨੈਗੇਟਿਵ ਆ ਗਿਆ ਨਾ ਨੈਗੇਟਿਵ ਮਤਲਬ ਲਾਸ
क्वेश्चन नंबर 5 3 concentric metallic spherical shells of radii r 2r and 3r तो तीन concentric spherical shells metallic shells है ना cylindric अपना conducting shells है तो इधर कोई कितना charge है q1 इधर कोई total charge है q2 इधर कोई q3 given है statement पर हम थोड़ा ध्यान की रखना हमारा गलत सुनो जिधर आवाला कंडक्टर नंबर वन है जिन्हों आपा शेल नंबर वन कहता एक दो कहता तो एक थ्री ताकि बोलने चाहिए हो समझे चाहिए तब किसी भी कंडक्टर के अंदर नेट चार्ज जीरो होगा उन एक रा आवाला शेल है ਹਣਾ ਜਿੱਦਾਂ ਹੁਣ ਆ ਕਮਰਾ ਵਾ ਕਮਰੇ ਦੀ ਜਿਹੜੀਆਂ ਦੀਵਾਰਾਂ ਵਾ ਤੋ ਆ ਇਹਦੀ ਇਨਰ ਸਾਈਡ ਹੈ ਤੇ ਬਾਹਰੋਂ ਆਊਟਰ ਸਾਈਡ ਹੈ ਤੋ ਆ ਜਿਹੜੀ ਤੁਹਾਨੂੰ ਬਲੈਕ ਲਾਈਨ ਨਜ਼ਰ ਆਉਂਦੀ ਹੈ ਇਹ ਸ਼ੈਲ ਦਾ ਸਰਫੇਸ ਹੈ ਨਾ ਤੋ ਆ ਇਹਦਾ ਆਊਟਰ ਸਾਈਡ ਹੈ ਆਹ ਇਨਰ ਹੈ ਤੋ ਇਨਰ ਤੇ ਚਾਰਜ ਨਹੀਂ ਹੋਣਾ ਮਤਲਬ ਅੰਦਰ ਚਾਰਜ ਜ਼ੀਰੋ ਹੋਣਾ ਠੀਕ ਹੈ ਤੋ ਇਹਦਾ ਮਤਲਬ ਹੁਣ ਥੋੜਾ ਲੌਜੀਕਲੀ ਸੋਚਿਓ ਇਹਦਾ ਮਤਲਬ ਜਿਹੜਾ ਇਹਦੇ ਕੋਲ ਟੋਟਲ ਚਾਰਜ q1 ਹੈ ਉਹ ਸਾਰਾ ਬਾਹਰਲੇ ਪਾਸੇ ਹੋਣਾ ਇਧਰੋਂ ਇੱਧਰ ਨਹੀਂ ਹੈ ਗੱਲ ਸਮਝ ਆਈ ਪਰ ਇਹਦੇ ਕੋਲ ਚਾਰਜ ਹੁੰਦਾ ਤੁਸੀਂ ਜੇ ਮੈਂ ਇਹਦੇ ਕੋਲ ਕਿੰਨਾ ਚਾਰਜ ਹੈ q2 ਹੈ ਪਰ ਇਸ ਸ਼ੈਲ ਦੇ ਅੰਦਰ ਚਾਰਜ q1 ਤਾਂ ਹੈ ਹੀ ਹੈ ਨਾ ਉਹਨੂੰ ਜ਼ੀਰੋ ਕਿੱਦਾਂ ਕਰਨਾ ਐਕਚੁਅਲੀ ਇੱਥੇ ਮਾਈਨਸ q1 ਆ ਜਾਣਾ और ਇਹਨੂੰ ਐਡਜਸਟ ਕਰਨ ਲਈ ਇੱਥੇ ਪਤਾ ਲੱਗਾ ਕਿ ਇਹਦੇ ਤੇ ਟੋਟਲ ਚਾਰਜ ਤਾਂ q2 ਹੀ ਰਹਿਣਾ ਵਾ ਤਾਂ ਅੰਦਰਲੇ ਪਾਸੇ ਮਾਈਨਸ q1 ਨੇ ਆਨੂ ਕੰਪਨਸੇਟ ਕੈਨਸਲ ਆਊਟ ਕਰ ਦੇਣਾ ਅੱਛਾ ਇਹਦੇ ਕੇਸ ਚ ਵੀ ਇਹਦੇ ਅੰਦਰ ਮਾਈਨਸ q2 + q1 ਔਰ ਬਾਹਰਲੇ ਪਾਸੇ ਸਮਝ ਆਈ ਗੱਲ चार्ज डिस्ट्रीब्यूशन के हिसाब ना की है कि नेट चार्ज विद इन कंडक्टर जीरो होगा उसे हिसाब मतलब वो इंफॉर्मेशन जिनको पता हो उन्हें कर लेना अच्छा ਫਿਰ ਕੀ ਦਿੱਤਾ ਉੱਤਰ ਦੇਖੋ ਸਟੇਟਮੈਂਟ ਚ ਲਿਖਿਆ ਇਟ ਇਜ਼ ਫਾਊਂਡ ਦੈਟ ਦ ਸਰਫੇਸ ਚਾਰਜ ਡੈਂਸਿਟੀਜ਼ ਔਨ ਦ ਆਊਟਰ ਸਰਫੇਸ ਆਫ ਦ ਸ਼ੈਲਸ ਆਰ ਇਕੁਅਲ ਮਤਲਬ ਹੁਣ ਆ ਜਿਹੜਾ ਨੰਬਰ 1 ਸ਼ੈਲ ਹੈ ਇਹਦੇ ਆਊਟਰ ਸਰਫੇਸ ਤੇ ਚਾਰਜ ਹੈ q1 ਤੇ ਏਰੀਆ ਹੈ 4 pi r ਸਕਵੇਅਰ ਤੋ ਇਹ ਹੋ ਗਈ ਆਊਟਰ ਸਰਫੇਸ ਦੀ ਸਰਫੇਸ ਚਾਰਜ ਡੈਂਸਿਟੀ ਜਿਹੜਾ ਨੰਬਰ 2 ਸ਼ੈਲ ਹੈ ਉਹਦੇ ਆਊਟਰ ਸਰਫੇਸ ਦਾ ਚਾਰਜ ਹੈ ਯਹਾਂ ਅਰੇ ਬਰਾਬਰ ਇਹਦਾ ਮਤਲਬ q1 ਓਵਰ r ਸਕੁਅਰ ਇਜ਼ ਇਕੁਅਲ ਟੂ q2 + q1 ओवर 4 आर स्क्वायर इज इक्वल टू q2 प्लस q1 प्लस q3 ओवर 9 आर स्क्वायर है ना ठीक है हुन जिहड़ा आ वाला इनू कंपेयर कर लो आर स्क्वायर भी कर सकते हैं अपन तो बात कर लो तो इना नु इक्वेट करो q1 q2 plus q1 by q1 is equal to 4 so q2 over q1 plus 1
by 9 is equal to Q2 plus Q1 by 4. Tapon A Q3 plus मैथमेटिकल वो थोड़ी नॉलेज ने काम आना ना इतने देखो बेटा क्वेश्चन नंबर 6 जो है कल समझो ए बॉल ऑफ मास 1 ग्राम चार्ज 10 रेज टू पावर माइनस 8 कूलम moves from point A to point B. Point A का potential कितना होया बेटा 600 volt. Point B का potential कितना होया 0. Velocity of ball at point B is 20 centimeter per second. Find the velocity of ball at point A. और कल के लिए समय नहीं है। जब कोई भी चार्ज पार्टिकल इलेक्ट
इंटरनल फोर्स, क्योंकि अपना फील्ड ते चार्ज की है एक सिस्टम, तो फील्ड और चार्ज दे विच लगन वाली इलेक्ट्रिक फोर्स इंटरनल फोर्स च गिनी जाएगी और एक्सटर्नल फोर्स कोई नहीं लग रही। हुण गल की कित्थे आनी है पुत्र, याद रखो जेडी इलेक्ट्रिक फोर्स है वो इस प्रॉब्लम च केड़ी गिनी जाएगी, कंजर्वेटिव फोर्स इंटरनल फोर्स और इलेक्ट्रिक फोर्स कंजर्वेटिव फोर्स है। तां एक लॉ पढ़ने हैं, लॉ ऑफ कंजर्वेशन ऑफ मैकेनिकल एनर्जी। वो कहना है कि अगर किसी सिस्टम पे कोई एक्सटर्नल फोर्स नहीं लग रही या नेट फोर्स जीरो है तो इंटरनल फोर्सेस कंजर्वेटिव है तो मैकेनिकल एनर्जी ने की रहना कॉन्स्टेंट है। इसका मतलब ये स्टेटमेंट को आप दिमाग के अंदर रख लेना कि आज तो बाद जो भी कोई चार्ज इलेक्ट्रिक फील्ड के अंदर एक तो दूसरी जगह मूव करेगा तो उस चार्ज की प्लस इलेक्ट्रिक फील्ड की हर पॉइंट पे मैकेनिकल एनर्जी कॉन्स्टेंट रहेगी, सेम रहेगी। हुण मैकेनिकल एनर्जी का मतलब है काइनेटिक प्लस पोटेंशियल। हुण जो थोड़ा पार्टिकल ए पे है तो वो भी काइनेटिक एनर्जी का है हाफ एम वी ए स्क्वायर, ते पोटेंशियल एनर्जी है ते इलेक्ट्रिक पोटेंशियल एनर्जी है कि भी चार्ज इनटू ए पॉइंट का पोटेंशियल, ते जदों थोड़ा चार्ज पार्टिकल बी ते है तो काइनेटिक एनर्जी है हाफ एम बी स्क्वायर प्लस बी पॉइंट की पोटेंशियल एनर्जी और के बराबर मैकेनिकल एनर्जी लेके रहना। और सॉल्व